कैरी ऑन जिट्टा 3 वास्ते एडवांस बुकिंग्स हो चुकिया ने। ओपन सोशल मीडिया दे जरिए जानकारी आई सामने। दरअसल कैरी ऑन जिट्टा 3 दा बहुत ही ज्यादा क्रेज है। इस फिल्म नू बड़ी ही बेसब्री दे नाल दर्शकां दे वल्लों उड़ीकिया जा रहा है। सो फाइनली इस फिल्म नू लेके एक स्पेशल अपडेट सामने आई है कि इस फिल्म दी एडवांस बुकिंग हो चुकी है ओपन। सो फाइनली दर्शक जड़े ने अपनिया टिकट्स नू एडवांस बुकिंग करवा सकते ने ऑनलाइन। इस दे रिलेटेड गिप्पी ਗਰੇਵਾਲ ਦੇ ਬੇਟੇ ਸ਼ੰਦਾ ਗਰੇਵਾਲ ਦੀ ਵੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਸ਼ੰਦਾ ਗਰੇਵਾਲ ਜਲਦੀ ਜਲਦੀ ਭੱਜ ਕੇ ਗੱਡੀ ਵਿੱਚ ਆ ਕੇ ਬੈਠਦੇ ਨੇ ਤੇ ਕਹਿੰਦੇ ਨੇ ਕਿ ਫਟਾਫਟ ਐਡਵਾਂਸ ਬੁਕਿੰਗ ਕਰਵਾ ਲਓ, ਸਟਾਰਟ ਹੋ ਚੁੱਕੀ ਹੈ ਕੈਰੀ ਔਨ ਜੱਟਾ ਦੀ ਐਡਵਾਂਸ ਬੁਕਿੰਗ। ਸੋ ਸ਼ੰਦਾ ਗਰੇਵਾਲ ਦੀ ਇਸ ਵੀਡੀਓ ਨੂੰ ਦਰਸ਼ਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ। ਤੁਸੀਂ ਵੀ ਇਸ ਵੀਡੀਓ ਦੀ ਝਲਕ ਆਪਣੇ ਸਕਰੀਨਸ ਤੇ ਵੇਖ ਸਕਦੇ ਹੋ। ਸੋ ਜੇਕਰ ਕੈਰੀ ਔਨ ਜੱਟਾ 3 ਦੇ ਕ੍ਰੈਡਿਟਸ ਦੀ ਗੱਲ ਕਰੀਏ, ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਉਣ ਵਾਲੇ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂ ਢਿੱਲੋਂ, ਜਸਵਿੰਦਰ ਭੱਲਾ, ਬੀ ਐਨ ਸ਼ਰਮਾ, ਹਰਬੀ ਸਾਂਗਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਸ਼ੰਦਾ ਗਰੇਵਾਲ, ਕਵਿਤਾ ਕੌਸ਼ਿਕ ਤੇ ਨਾਸਰ ਚਨਿਓਟੀ ਵਰਗੇ ਕਈ ਸਾਰੇ ਮਜੇ ਹੋਏ ਕਲਾਕਾਰ। ਇਸ ਫਿਲਮ ਦਾ ਦਰਸ਼ਕਾਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਬੜੀ ਹੀ ਲੰਬੇ ਸਮੇਂ ਤੋਂ ਇਸ ਫਿਲਮ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਫਿਲਮ ਦੇ ਪ੍ਰਮੋਸ਼ਨਸ ਵੀ ਕਾਫੀ ਜ਼ੋਰਾਂ ਸ਼ੋਰਾਂ ਨਾਲ ਕੀਤੇ ਜਾ ਰਹੇ ਨੇ। ਫਿਰ ਚਾਹੇ ਉਹ ਮੁੰਬਈ ਦੇ ਵਿੱਚ ਫਿਲਮ ਦਾ ਟ੍ਰੇਲਰ ਲਾਂਚ ਕਰਨਾ ਹੋਵੇ ਜਾਂ ਫਿਰ ਇਸ ਟ੍ਰੇਲਰ ਲਾਂਚ ਇਵੈਂਟ ਤੇ ਬਾਲੀਵੁੱਡ ਦੇ ਨਾਮੀ ਚਿਹਰਿਆਂ ਦਾ ਆਉਣਾ, ਜਿਵੇਂ ਕਿ ਆਮਿਰ ਖਾਨ ਵੀ ਇਸ ਟ੍ਰੇਲਰ ਲਾਂਚ ਤੇ ਪਹੁੰਚੇ ਸਨ। ਸੋ ਫਿਲਮ ਦੀ ਪ੍ਰਮੋਸ਼ਨ ਵੀ ਫਿਲਮ ਦੀ ਸਟਾਰ ਕਾਸਟ ਦੇ ਵੱਲੋਂ ਜ਼ੋਰਾਂ ਸ਼ੋਰਾਂ ਤੇ ਕੀਤੀ ਜਾ ਰਹੀ ਹੈ। ਅਲੱਗ ਅਲੱਗ ਥਾਵਾਂ ਤੇ ਜਾ ਕੇ ਇਸ ਫਿਲਮ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਇਹ ਫਿਲਮ 29 ਜੂਨ 2023 ਯਾਨੀ ਕਿ ਕੁਝ ਹੀ ਦਿਨਾਂ 'ਚ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲੀ ਹੈ। ਫਾਈਨਲੀ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਜਾਵੇਗੀ ਕੈਰੀ ਔਨ ਜੱਟਾ 3, ਜਿਸ ਤੋਂ ਉਮੀਦਾਂ ਵੀ ਟ੍ਰਿਪਲ ਕੀਤੀਆਂ ਜਾ ਰਹੀਆਂ ਨੇ ਤੇ ਦਰਸ਼ਕਾਂ ਨੂੰ ਐਕਸਾਈਟਮੈਂਟ ਵੀ ਟ੍ਰਿਪਲ ਹੈ। ਤੇ ਉੱਥੇ ਹੀ ਮੇਕਰਸ ਦਾ ਵੀ ਦਾਅਵਾ ਹੈ ਕਿ ਇਸ ਫਿਲਮ ਦੇ ਵਿੱਚ ਜਿਹੜਾ ਫਨ ਹੈ, ਜਿਹੜੀ ਕਾਮੇਡੀ ਹੈ, ਉਹ ਟ੍ਰਿਪਲ ਹੋ ਜਾਵੇਗੀ। ਸੋ ਕੈਰੀ ਔਨ ਜੱਟਾ ਤੇ ਕੈਰੀ ਔਨ ਜੱਟਾ 2 ਨੇ ਜੋ ਰਿਕਾਰਡਸ ਬਣਾਏ ਨੇ, ਜਿਸ ਕਾਰਨ ਇਸ ਫਿਲਮ ਤੋਂ ਉਮੀਦਾਂ ਹੋਰ ਵੀ ਜ਼ਿਆਦਾ ਵੱਧ ਗਈਆਂ ਨੇ। ਨਰੇਸ਼ ਕਠੂਰੀਆ ਦੇ ਵੱਲੋਂ ਫਿਲਮ ਦੀ ਕਹਾਣੀ ਤੇ ਡਾਇਲੌਗਸ ਨੂੰ ਲਿਖਿਆ ਗਿਆ ਹੈ ਤੇ ਉੱਥੇ ਹੀ ਦੱਸ ਦਈਏ ਕਿ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ ਕਾਮੇਡੀ ਫਿਲਮਾਂ ਨੂੰ ਡਾਇਰੈਕਟ ਕਰਨ ਦੇ ਕਿੰਗ ਮੰਨੇ ਜਾਣ ਵਾਲੇ ਸਮੀਪ ਕੰਗ ਨੇ, ਜਿਨ੍ਹਾਂ ਨੇ ਕੈਰੀ ਔਨ ਜੱਟਾ ਵੀ ਬਣਾਈ ਸੀ। ਦੱਸ ਦਈਏ ਕਿ ਇਸ ਫਿਲਮ ਦਾ ਇੰਤਜ਼ਾਰ ਹੁਣ ਜਲਦੀ ਹੀ ਖਤਮ ਹੋਣ ਵਾਲਾ ਹੈ। ਸੋ ਐਡਵਾਂਸ ਬੁਕਿੰਗ ਕਰਵਾ ਸਕਦੇ ਹੋ, ਓਪਨ ਹੋ ਚੁੱਕੀ ਹੈ ਕੈਰੀ ਔਨ ਜੱਟਾ ਵਾਸਤੇ। 29 ਜੂਨ ਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਵਿੱਚ ਆ ਰਹੀ ਹੈ ਕੈਰੀ ਔਨ ਜੱਟਾ 3। ਤੁਸੀਂ ਫਿਲਮ ਲਈ ਕਿੰਨੇ ਐਕਸਾਈਟਡ ਹੋ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ। ਕੈਰੀ ਔਨ ਜੱਟਾ ਤੇ ਕੈਰੀ ਔਨ ਜੱਟਾ 2 ਬਾਰੇ ਤੁਹਾਡੇ ਕੀ ਰਿਵਿਊਜ਼ ਨੇ ਇਹ ਵੀ ਦੱਸਣਾ ਬਿਲਕੁਲ ਨਾ ਭੁੱਲਣਾ। ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ ਤੇ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।